ਤੇ ਇਹ ਜਿਹੜੀ ਅਸੀਂ ਇੱਕ ਇਹ ਜਿਹੜਾ ਟ੍ਰੇਲਰ ਵਿਖਾਇਆ ਅਸੀਂ ਇੱਥੇ ਜਿਹੜਾ ਸਰਕਾਰਾਂ ਵਾਅਦਾ ਕਰਕੇ ਗਈਆਂ ਅਸੀਂ ਥੋੜ੍ਹਾ ਜਿਹਾ ਉਹਨਾਂ ਨੂੰ ਸਮਾਂ ਦਿੰਦੇ ਹਾਂ ਔਰ ਉਸ ਤੋਂ ਬਾਅਦ ਜੇ ਸਰਕਾਰਾਂ ਆਪਣੇ ਵਚਨ ਤੋਂ ਭੱਜਦੀਆਂ ਤਾਂ ਅਸੀਂ ਇਹੋ ਜਿਹਾ ਸਬਕ ਸਿਖਾਵਾਂਗੇ ਜਿਹੜਾ ਸਰਕਾਰਾਂ ਯਾਦ ਰੱਖਣਗੀਆਂ। ਬਰਗਾੜੀ ਇਨਸਾਫ਼ ਮੋਰਚਾ ਦੀ ਸਮਾਪਤੀ 'ਤੇ ਬੋਲਦਿਆਂ ਜਥੇਦਾਰ ਧਿਆਨ ਸਿੰਘ ਮੰਡ ਨੇ ਕਿਹਾ ਕਿ ਇਨਸਾਫ਼ ਮੋਰਚੇ ਦੇ ਪਹਿਲੇ ਪੜਾਅ ਦੀ ਸਮਾਪਤੀ ਕਰ ਦਿੱਤੀ ਗਈ ਹੈ ਅਤੇ ਇਸ ਮੋਰਚੇ ਦੇ ਅਗਲੇ ਪੜਾਅ ਦਾ ਵੀ ਜਲਦ ਐਲਾਨ ਕੀਤਾ ਜਾਵੇਗਾ ਅਤੇ ਉਹਨਾਂ ਦੀ ਇਨਸਾਫ਼ ਲਈ ਜੰਗ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਇਨਸਾਫ਼ ਨਹੀਂ ਮਿਲ ਜਾਂਦਾ। ਅਤੇ ਮੰਡ ਨੇ ਸਰਕਾਰ ਵੱਲੋਂ ਕੀਤੇ ਵਾਅਦੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਇਨਸਾਫ਼ ਮੋਰਚਾ ਇੱਕ ਟ੍ਰੇਲਰ ਸੀ ਅਤੇ ਜੇਕਰ ਸਰਕਾਰ ਵੱਲੋਂ ਮੰਗਾਂ ਨਾ ਪੂਰੀਆਂ ਕੀਤੀਆਂ ਗਈਆਂ ਤਾਂ ਸਰਕਾਰ ਨੂੰ ਸਬਕ ਵੀ ਸਿਖਾਇਆ ਜਾਵੇਗਾ। ਧੰਨਵਾਦ ਕਰਦਾ ਸਿੱਖ ਸੰਗਤਾਂ ਦਾ, ਗੈਰ ਸਿੱਖ ਜਿਹੜੇ ਹਿੰਦੂ ਭਰਾ, ਮੁਸਲਮਾਨ ਭਰਾ, ਈਸਾਈ ਭਰਾ ਜਿਹੜੇ ਬਹੁਤ ਵੱਡੇ ਜੰਗਾਂ ਦੇ ਵਿੱਚ ਇਸ ਮੋਰਚੇ ਨੂੰ ਸਮਰਥਨ ਦੇਣ ਵਾਸਤੇ ਇੱਥੇ ਪਹੁੰਚੇ ਨੇ, ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਅਤੇ ਪੰਜਾਬ ਦੇ ਵਿੱਚ ਹੋਈ ਬੇਇਨਸਾਫੀ ਦਾ ਬਹੁਤ ਦੁੱਖ ਸੀ, ਉਹਨਾਂ ਸਾਰਿਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ। ਦੂਜੀ ਗੱਲ, 6.5 ਮਹੀਨੇ ਤੋਂ ਜਿਹੜਾ ਇਹ ਸ਼ਾਂਤਮਈ ਮੋਰਚਾ ਲੱਗਿਆ, ਇਸ ਮੋਰਚੇ ਨੇ ਇੱਕ ਵੱਖਰਾ ਇਤਿਹਾਸ ਪੈਦਾ ਕੀਤਾ ਹੈ ਅਤੇ ਇਸ ਮੋਰਚੇ ਨੇ ਬਹੁਤ ਸਾਰੀਆਂ ਪ੍ਰਾਪਤੀਆਂ ਵੀ ਕੀਤੀਆਂ ਨੇ ਅਤੇ ਇਸ ਮੋਰਚੇ ਨੇ ਬਹੁਤ ਸਾਰੀਆਂ ਸਾਰੇ ਹਾਲਾਤਾਂ ਨੂੰ ਅਲੱਗ ਥਲੱਗ ਵੀ ਕੀਤਾ ਔਰ ਬਹੁਤ ਸਾਰੀਆਂ ਇਸ ਮੋਰਚੇ ਦੀਆਂ ਪ੍ਰਾਪਤੀਆਂ ਨੇ, ਪਰ ਲੜਾਈ ਬਹੁਤ ਵੱਡੀ ਹੈ ਅਤੇ ਬਹੁਤ ਲੰਬੀ ਹੈ ਅਤੇ ਇਸ ਨੂੰ ਲੜਨ ਵਾਸਤੇ ਹੁਣ ਇਹ ਮੋਰਚਾ ਦਾ ਜਿਹੜਾ ਪਹਿਲਾ ਪੜਾਅ ਹੈ ਉਹ ਇੱਥੇ ਖਤਮ ਹੋ ਗਿਆ ਅੱਜ, ਅਤੇ ਅਸੀਂ ਇਸ ਦਾ ਦੂਜਾ ਪੜਾਅ ਜਿਹੜਾ ਉਹ ਅਸੀਂ ਸ਼ੁਰੂ ਕਰਨ ਵਾਲੇ ਹਾਂ, ਕਿਉਂਕਿ ਉਹਨਾਂ ਚਿਰ ਲੜਾਈ ਜੰਗ ਜਿਹੜੀ ਹੈ ਉਹ ਜਾਰੀ ਰਹੂਗੀ ਜਿੰਨਾ ਚਿਰ ਅਸੀਂ ਸਿੱਖ ਕੌਮ ਨੂੰ ਅਤੇ ਪੰਜਾਬ ਵਾਸੀਆਂ ਨੂੰ ਅਸੀਂ ਪੂਰੇ ਦਾ ਪੂਰਾ ਇਨਸਾਫ਼ ਨਹੀਂ ਦਵਾ ਸਕਦੇ, ਉਹਨਾਂ ਚਿਰ ਅਸੀਂ ਚੁੱਪ ਕਰਕੇ ਨਹੀਂ ਬੈਠਣਾ, ਕਿਉਂਕਿ ਪੰਜਾਬ ਦਾ ਹਰ ਬੱਚਾ ਜਿਹੜਾ ਉਹ ਨਹੀਂ ਚਾਹੁੰਦਾ ਕਿ ਇੱਥੇ ਕੋਈ ਗੜਬੜ ਹੋਵੇ, ਇੱਥੇ ਕੋਈ ਬੇਇਨਸਾਫੀ ਹੋਵੇ, ਇੱਥੇ ਕੋਈ ਧੱਕੇਸ਼ਾਹੀ ਹੋਵੇ, ਇੱਥੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਹੋਵੇ, ਇੱਥੇ ਕਿਸੇ ਦੀ ਸੁਣਵਾਈ ਨਾ ਹੋਵੇ, ਇੱਥੇ ਕਾਨੂੰਨ ਆਪਣਾ ਕੰਮ ਨਾ ਕਰੇ, ਇੱਥੇ ਜਿਹੜੀ ਜੁਡੀਸ਼ਲੀ ਆ ਉਹ ਆਪਣੇ ਫਰਜ਼ ਤੋਂ ਭੱਜ ਜਾਵੇ। ਇਹ ਸਾਰੀਆਂ ਗੱਲਾਂ ਬਹੁਤ ਵੱਡੀਆਂ ਨੇ ਅਤੇ ਇਹਦੀ ਜਿਹੜੀ ਪਹੁੰਚ ਆ ਉਹ ਕਿਸੇ ਗਰੀਬ ਸਿੱਖ ਜਿਹੜਾ ਪੰਜਾਬ ਵਾਸੀ ਆ ਉਹਦੇ ਤੱਕ ਇਹ ਨਹੀਂ ਪਹੁੰਚਦੀ। ਸੋ ਇਹ ਸਾਰਾ ਕੁਛ ਹੱਲ ਕਰਨ ਵਾਸਤੇ ਜਿਹੜੇ ਪੰਜਾਬ ਦੇ ਖਾਸ ਕਰਕੇ ਜਿਹੜਾ ਬਿਲਕੁਲ ਨਸ਼ਿਆਂ ਦੇ ਵਿੱਚ ਡੁੱਬ ਗਿਆ ਅਤੇ ਇੱਥੋਂ ਦਾ ਜਿਹੜਾ ਅੱਜ ਸਾਡਾ ਨੌਜਵਾਨ ਬੱਚਾ ਉਹ ਪੰਜਾਬ ਰਹਿਣਾ ਹੀ ਨਹੀਂ ਚਾਹੁੰਦਾ, ਉਹ +2 ਤੋਂ ਬਾਅਦ ਦੇਸ਼ ਵਿਦੇਸ਼ ਦੀ ਉਡਾਰੀ ਮਾਰ ਰਿਹਾ, ਜਿਹਦੇ ਨਾਲ ਸਾਨੂੰ ਆਉਣ ਵਾਲੇ ਪੰਜਾਬ ਦੇ ਭਵਿੱਖ ਦਾ ਬਹੁਤ ਵੱਡਾ ਖਤਰਾ ਪੈਦਾ ਹੋ ਗਿਆ। ਸੋ ਇਸ ਸਭ ਕਾਹੇ ਦੇ ਹੱਲ ਲਈ ਸੰਗਤ ਦਾ ਸਹਿਯੋਗ ਲੈਣਾ, ਲੋਕਾਂ ਦਾ ਸਹਿਯੋਗ ਲੈਣਾ ਇਹ ਬਹੁਤ ਜ਼ਰੂਰੀ ਹੈ ਅਤੇ ਉਹਨੂੰ ਅਸੀਂ ਸਾਰੇ ਵਰਗਾਂ ਦੇ ਲੋਕਾਂ ਨੂੰ ਨਾਲ ਲੈ ਕੇ, ਗਰੀਬਾਂ ਨੂੰ ਨਾਲ ਲੈ ਕੇ, ਸਾਰਿਆਂ ਨੂੰ ਨਾਲ ਲੈ ਕੇ ਇੱਕ ਸ਼ਾਂਤਮਈ ਢੰਗ ਦੇ ਨਾਲ, ਜਿਵੇਂ ਕਿ ਇਹ ਇੱਕ ਅਸੀਂ 6 ਮਹੀਨੇ ਇੱਥੇ ਬੈਠ ਕੇ ਇੱਕ ਮਿਸਾਲ ਪੈਦਾ ਕੀਤੀ ਹੈ ਕਿ ਜਿਹੜੇ ਲੋਕ ਸਾਡੇ 'ਤੇ ਉਂਗਲਾਂ ਕਰਦੇ ਸੀ ਕਿ ਪਤਾ ਨਹੀਂ ਇਹ ਕਿਹੋ ਜਿਹੇ ਲੋਕ ਨੇ, ਅਤੇ ਅਸੀਂ ਇਹ ਦੱਸਿਆ ਕਿ ਅਸੀਂ ਬਹੁਤ ਵੱਡੀ ਸ਼ਾਂਤੀ ਰੱਖ ਸਕਦੇ ਹਾਂ, ਸਾਡੇ ਵਿੱਚ ਬਹੁਤ ਵੱਡਾ ਦਿਲ ਹੈ ਔਰ ਸਾਰਿਆਂ ਦੇ ਵਾਸਤੇ ਉਹ ਦਿਲ ਧੜਕਦਾ ਹੈ, ਉਹ ਇਕੱਲਾ ਸਾਡੇ ਵਾਸਤੇ ਨਹੀਂ। ਅਤੇ ਇਹ ਜਿਹੜੀ ਅਸੀਂ ਇੱਕ ਇਹ ਜਿਹੜਾ ਟ੍ਰੇਲਰ ਵਿਖਾਇਆ ਅਸੀਂ ਇੱਥੇ, ਇਹ ਇਸ ਨੂੰ ਅਸੀਂ ਪੰਜਾਬ ਦੇ ਵਿੱਚ ਨਾਲ ਲੱਗਦੇ ਸੂਬਿਆਂ ਦੇ ਵਿੱਚ ਅਸੀਂ ਲੈ ਕੇ ਜਾਵਾਂਗੇ ਤਾਂ ਕਿ ਜਿਹੜਾ ਇਹ ਬਹੁਤ ਜਿਹੜੇ ਤਰੱਕੀ ਸੀ ਸਾਡੀ ਪਹਿਲਾਂ, ਜਿੱਥੇ ਅਸੀਂ ਬਹੁਤ ਵੱਸਦੇ ਰੱਸਦੇ ਸੀ, ਭੈਣਾਂ ਭਰਾਵਾਂ ਵਾਂਗੂ ਰਹਿੰਦੇ ਸੀ, ਬਿਲਕੁਲ ਸਾਨੂੰ ਕਿਸੇ ਤੋਂ ਕਿਸੇ ਨੂੰ ਖਤਰਾ ਨਹੀਂ ਸੀ, ਉਹੋ ਜਿਹੇ ਹਾਲਾਤ ਜਿਹੜੇ ਨੇ ਉਹ ਅਸੀਂ ਲੈ ਕੇ ਆਉਣਾ ਚਾਹੁੰਦੇ ਹਾਂ, ਜਿਹਦੇ ਨਾਲ ਪੰਜਾਬ ਜਿਹੜਾ ਤਰੱਕੀ ਕਰੇ ਅਤੇ ਲੋਕ ਰੁਜ਼ਗਾਰ ਲੈਣ ਵਾਸਤੇ ਇਹ ਸਾਡੇ ਪੰਜਾਬ ਦੇ ਵਿੱਚ ਆਉਣ, ਨਾ ਕਿ ਸਾਡੇ ਜਿਹੜੇ ਬੱਚੇ ਨੇ ਉਹ ਨਸ਼ਿਆਂ ਦੇ ਵਿੱਚ ਗ੍ਰਸ ਹੋ ਕੇ ਅਤੇ ਜਾਂ ਉਹ ਪੰਜਾਬ ਤੋਂ ਬਾਹਰ ਭੱਜਣ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹਨਾਂ ਨੂੰ ਮੱਦੇਨਜ਼ਰ ਰੱਖ ਕੇ ਅਸੀਂ ਅੱਗੇ ਤੁਰ ਰਹੇ ਹਾਂ। ਸੋ ਨਹੀਂ ਨਹੀਂ ਹੁਣ ਸੰਗਤ ਦਾ ਇਕੱਠ ਨਹੀਂ ਅਸੀਂ ਇੱਥੇ ਬੁਲਾ ਰਹੇ, ਇੱਥੇ ਅਸੀਂ ਕੱਲ੍ਹ ਜਿਹੜੇ ਅੱਜ ਤੱਕ ਮੋਰਚੇ ਦੇ ਵਿੱਚ ਜਿਨ੍ਹਾਂ ਨੇ ਸੇਵਾਵਾਂ ਨਿਭਾਈਆਂ ਨੇ, ਬੀਬੀਆਂ ਨੇ, ਬੱਚੇ ਨੇ, ਨੌਜਵਾਨ ਨੇ, ਬਜ਼ੁਰਗ ਨੇ, ਜਿਨ੍ਹਾਂ ਨੇ ਬਹੁਤ ਵੱਡੀਆਂ ਸੇਵਾਵਾਂ ਇੱਥੇ ਦਿੱਤੀਆਂ, ਅਸੀਂ ਚਾਹੁੰਦੇ ਹਾਂ ਕਿ ਜਾਣ ਤੋਂ ਪਹਿਲਾਂ ਉਹਨਾਂ ਦਾ ਮਾਣ ਸਨਮਾਨ ਜਿਹੜਾ ਕਰਕੇ ਉਸ ਤੋਂ ਬਾਅਦ ਅਸੀਂ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਮੱਥਾ ਟੇਕਣ ਵਾਸਤੇ ਜਾ ਰਹੇ ਹਾਂ ਅਤੇ ਉੱਥੇ ਅਰਦਾਸ ਕਰਕੇ ਉਸ ਤੋਂ ਅੱਗੇ ਜਿਹੜਾ ਫਿਰ ਪ੍ਰੋਗਰਾਮ ਅਗਲਾ ਉਹਦੀ ਉਹਨੂੰ ਅਸੀਂ ਲਿਖਾਂਗੇ। ਹਾਂ ਇਹ ਅਸੀਂ ਬਾਅਦ ਵਿੱਚ ਦੱਸਾਂਗੇ, ਪਰ ਹਾਲ ਦੀ ਘੜੀ ਅਸੀਂ ਬੜੇ ਉਤਾਵਲੇ ਹਾਂ ਕਿ ਅਸੀਂ ਸ੍ਰੀ ਹਰਿਮੰਦਰ ਸਾਹਿਬ ਜਾ ਕੇ ਦਰਸ਼ਨ ਕਰੀਏ ਅਤੇ ਉੱਥੇ ਗੁਰੂ ਦਾ ਜਿਹੜਾ ਸ਼ੁਕਰਾਨਾ ਉਹ ਅਸੀਂ ਕਰੀਏ।
ਸੋ ਸਰਕਾਰਾਂ ਜੋ ਕੀਤਾ ਅਸੀਂ ਉਹਦਾ ਧੰਨਵਾਦ ਕਰਦੇ ਹਾਂ। ਜਿਹੜਾ ਸਰਕਾਰਾਂ ਵਾਅਦਾ ਕਰਕੇ ਗਈਆਂ ਅਸੀਂ ਥੋੜ੍ਹਾ ਜਿਹਾ ਉਹਨਾਂ ਨੂੰ ਸਮਾਂ ਦਿੰਦੇ ਹਾਂ, ਔਰ ਉਸ ਤੋਂ ਬਾਅਦ ਜੇ ਸਰਕਾਰਾਂ ਆਪਣੇ ਬਜਟ ਤੋਂ ਭੱਜਦੀਆਂ ਤਾਂ ਅਸੀਂ ਇਹੋ ਜਿਹਾ ਸਬਕ ਸਿਖਾਵਾਂਗੇ ਜਿਹੜਾ ਸਰਕਾਰਾਂ ਯਾਦ ਰੱਖਣਗੀਆਂ ਬਿਲਕੁਲ ਸ਼ਾਂਤਮਈ ਢੰਗ ਦੇ ਨਾਲ। ਅਗਲੀ ਰਣਨੀਤੀ ਪਰਸੋਂ ਲਿਖੀ ਜਾਏਗੀ, ਪਰਸੋਂ ਅਨਾਊਂਸ ਕਰੋਗੇ ਜੀ? ਨਹੀਂ, ਅਜੇ ਕੋਈ ਥੋੜ੍ਹਾ ਜਿਹਾ ਟਾਈਮ ਲੱਗੂਗਾ। ਪਰਸੋਂ ਅਸੀਂ ਸਿਰਫ ਨਿਮਾਣੇ ਸਿੱਖਾਂ ਵਾਂਗੂ ਉੱਥੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਜਾਵਾਂਗੇ। ਉਸ ਤੋਂ ਬਾਅਦ ਸਾਰਿਆਂ ਨਾਲ ਸਲਾਹ ਮਸ਼ਵਰਾ ਹੋਊਗਾ, ਉਸ ਤੋਂ ਬਾਅਦ ਅਸੀਂ ਬੈਠ ਕੇ ਪੂਰੀ ਰਣਨੀਤੀ ਜਿਹੜੀ ਉਹਨੂੰ ਅਸੀਂ ਤਿਆਰ ਕਰਾਂਗੇ। ਹਾਂ, ਸਾਰੇ ਲੋਕ ਬਿਲਕੁਲ, ਅਸੀਂ ਕਿਸੇ ਨੂੰ ਵੀ ਨਹੀਂ ਪਾਸੇ ਛੱਡਣਾ ਚਾਹੁੰਦੇ। ਅਸੀਂ ਹਰ ਬੰਦਾ ਜਿਹੜਾ ਨਾਰਾਜ਼ ਆ ਅਸੀਂ ਉਹਨੂੰ ਵੀ ਠੀਕ ਕਰਾਂਗੇ ਬਿਲਕੁਲ। ਅਸੀਂ ਤਾਂ ਇੱਕ ਇੱਕ ਬੱਚੇ ਬੱਚੇ ਨੂੰ ਪੰਜਾਬ ਦੇ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਹਾਂ। ਅਸੀਂ ਕਿਸੇ ਨੂੰ ਨਾਰਾਜ਼ ਰਹਿ ਨਹੀਂ ਦੇਣਾ, ਸਾਡੇ ਇੰਨਾ ਪਿਆਰ ਪਾ ਲੈਣਾ ਸਾਰੇ ਲੋਕਾਂ ਦੇ ਨਾਲ, ਅਤੇ ਤਾਂ ਕਿ ਸਾਰੀ ਸਾਡੀ ਇੱਕ ਇਨਸਾਫ ਪਸੰਦ ਲੋਕਾਂ ਦੀ ਇੱਕ ਵੱਡੀ ਲਹਿਰ ਬਣ ਜਾਵੇ। ਉਸ ਲਹਿਰ ਦੇ ਅੱਗੇ ਕੋਈ ਜਿਹੜੇ ਬੁਰੇ ਲੋਕ ਨੇ, ਬੁਰੀਆਂ ਪਾਰਟੀਆਂ ਨੇ, ਬੁਰੇ ਦਿਮਾਗ ਵਾਲੇ ਲੋਕ ਨੇ, ਉਹ ਇੱਥੇ ਟੇਕ ਨਾ ਸਕਣ, ਅਤੇ ਪੰਜਾਬ ਦੇ ਵਿੱਚ ਜਿਹੜੀ ਸ਼ਾਂਤੀ ਦੀ ਜਿਹੜੀ ਬੌਂਸਰੀ ਆ ਉਹ ਹਮੇਸ਼ਾ ਵੱਜਦੀ ਰਹੇ। ਦੇਖੋ, ਸਰਕਾਰ ਨੇ ਜੋ ਕੁਛ ਸਾਹਮਣੇ ਲਿਆਂਦਾ, ਜਿਵੇਂ ਜਿਵੇਂ ਜਾਂਚ ਚੱਲ ਰਹੀ ਆ, ਜਿਹੜੀ ਸੂਈ ਆ ਉਹ ਸਾਰਿਆਂ ਵੱਲੇ ਜਾ ਰਹੀ ਹੈ ਅਤੇ ਸਾਰਿਆਂ ਨੂੰ ਪਤਾ, ਪਰ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਥੋੜ੍ਹਾ ਜਿਹਾ ਫਰਕ ਪੈ ਜਾਂਦਾ। ਪਰ ਅਸੀਂ ਇਹ ਪਹਿਲਾਂ ਹੀ ਕਿਹਾ ਹੋਇਆ ਕਿ ਜਿਹੜਾ ਵੀ ਇੱਥੇ ਵਾਅਦਾ ਕਰਨਾ ਹੈ ਉਹ ਵਾਅਦਾ ਪੂਰਾ ਹੋਣਾ ਚਾਹੀਦਾ। ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੋਈ ਹੈ, ਜਿਹੜੇ ਇਹਦੇ ਦੋਸ਼ੀ ਫੜੇ ਗਏ, ਅਸੀਂ ਇਹਦੇ ਤੋਂ ਸਾਰੇ ਸਿੱਖ ਕੌਮ ਜਿਹੜੀ ਸੰਤੁਸ਼ਟ ਆ। ਬਾਦਲ ਪਰਿਵਾਰ ਤਾਂ ਸਿੱਖ ਕੌਮ ਦੇ ਕਟਹਿਰੇ ਵਿੱਚ ਖੜ੍ਹਾ ਹੈ ਅਤੇ ਪੂਰੇ ਦਾ ਪੂਰਾ ਦੋਸ਼ੀ ਹੈ। ਹਾਂ, ਉਹਦੇ ਬਾਰੇ ਤਾਂ ਕੋਈ ਸ਼ੱਕ ਦੀ ਗੁੰਜਾਇਸ਼ ਹੀ ਨਹੀਂ ਹੈਗੀ। ਇਸ ਕਰਕੇ ਉਹ ਸਾਡਾ ਦੋਸ਼ੀ ਹੈ ਉਹਨਾਂ ਚਿਰ ਜਿੰਨਾ ਚਿਰ ਉਹ ਪੰਥ ਦੇ ਅੱਗੇ ਪੇਸ਼ ਨਹੀਂ ਹੁੰਦਾ। ਨਹੀਂ, ਸਰਕਾਰ ਆਈ ਆ, ਸਰਕਾਰ ਨੇ ਇੱਥੇ ਅੱਗੇ ਆਪਦੀ ਗੱਲ ਦੱਸੀ ਆ, ਸਾਰੇ ਲੋਕਾਂ ਨੇ ਸੁਣੀ ਆ, ਪਾਰਦਰਸ਼ੀ ਗੱਲ ਹੈ, ਪਰਦੇ ਪਿੱਛੇ ਕੋਈ ਗੱਲ ਨਹੀਂ ਹੋਈ ਅਤੇ ਨਾ ਹੀ ਅੱਗੇ ਤੋਂ ਵੀ ਹੋਣੀ ਹੈ। ਜੋ ਵੀ ਹੋਊਗਾ ਸੰਗਤ ਦੇ ਵਿੱਚ ਹੋਊਗਾ। ਅਸੀਂ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀ ਫੜੇ ਨੇ, ਜੋ ਸਾਡੇ ਸਾਹਮਣੇ ਆਇਆ ਸੀ ਉਹਦੇ ਨਾਲ ਸਹਿਮਤ ਹਾਂ ਵੀ ਬਿਲਕੁਲ ਠੀਕ ਕੰਮ ਆ। ਇਹ ਦੋਸ਼ੀ ਕਟਹਿਰੇ ਦੇ ਵਿੱਚ ਨੇ ਅਤੇ ਜੇਲ੍ਹ ਦੇ ਵਿੱਚ ਨੇ। ਮੋਰਚਾ ਕੋਈ ਸਮਾਪਤ ਨਹੀਂ ਹੋਇਆ, ਮੋਰਚੇ ਦਾ ਪੜਾਅ ਬਦਲੇ, ਮੋਰਚਾ ਨਹੀਂ ਸਮਾਪਤ ਹੁੰਦਾ, ਮੋਰਚਾ ਤਾਂ ਪੂਰਾ ਇਨਸਾਫ ਲੈ ਕੇ ਸਮਾਪਤ। ਸੋ ਹੁਣ ਬਰਗਾੜੀ 'ਚ ਸੰਗਤਾਂ ਦਾ ਇਕੱਠ ਨਹੀਂ ਹੋਵੇਗਾ ਅਤੇ ਇਸ ਮੋਰਚੇ ਦੇ ਪਹਿਲੇ ਪੜਾਅ ਦੀ ਸਮਾਪਤੀ ਦੇ ਬਾਅਦ ਅਗਲੇ ਪੜਾਅ ਦੀ ਰੂਪ ਰੇਖਾ ਉਲੀਕੇ ਜਾਣ ਦੀ ਗੱਲ ਆਖੀ ਜਾ ਰਹੀ ਹੈ। ਦੇਖਣਾ ਹੋਵੇਗਾ ਕਿ ਦੂਸਰਾ ਪੜਾਅ ਕਦੋਂ ਅਤੇ ਕਿੱਥੇ ਸ਼ੁਰੂ ਕੀਤਾ ਜਾਂਦਾ, ਜਾਂ ਫਿਰ ਸਰਕਾਰ ਇਨਸਾਫ ਮੋਰਚੇ ਦੀਆਂ ਮੰਗਾਂ ਪ੍ਰਵਾਨ ਕਰ ਲਵੇਗੀ ਅਤੇ ਪੂਰੀਆਂ ਕਰ ਦੇਵੇਗੀ। ਬਿਊਰੋ ਰਿਪੋਰਟ, ਚੈਨਲ ਪੰਜਾਬ।